ਅਕਸਰ ਇਹ ਗੱਲ ਚੱਲਦੀ ਰਹੀ ਹੈ ਕਿ ਆਈਐਸ ਅਫਸਰ ਕਲਾਸ ਜਿਹੜੀ ਹੈ ਇਹ ਪੰਜਾਬ ਨੂੰ ਲੁੱਟ ਰਹੀ ਹੈ ਹੁਣ ਤੱਕ ਇਹਦੇ ਐਫਆਈਆਰ ਵੀ ਹੋ ਗਈ ਨਾਮ ਵੀ ਵਿੱਚ ਆ ਕੇ ਕੁਝ ਲੋਕਾਂ ਆ ਹਾਂ ਬਿਲਕੁਲ ਆਏ ਆ ਜੀ ਸੁਣਿਆ ਕਿ ਉੱਚ ਦੋ ਆਈਐਸ ਅਫਸਰਾਂ ਦੇ ਪਰਿਵਾਰ ਵੀ ਸ਼ਾਮਲ ਹੈਗੇ ਇਹ ਮੀਡੀਆ ਵਾਲੇ ਨੇ ਮੈਨੂੰ ਦੱਸਿਆ ਇਹ ਪੂਰਾ ਘਟਾਲਾ ਹੋਇਆ ਕਿ ਇਸ ਤਰੀਕੇ ਨਾਲ ਤੁਹਾਡੇ ਤੱਕ ਜਾਣਕਾਰੀ ਇਸ ਤਰੀਕੇ ਨਾਲ ਦੋ ਇਲੈਕਸ਼ਨ ਦੇ ਦਿਨ ਆਇਆ ਤਾਂ ਇਸ ਇਲਾਕੇ ਦੇ ਕਿਸਾਨ ਪਹੁੰਚੇ ਉਹ ਕਹਿੰਦੇ ਆ ਸਾਡੇ ਅਮਰੂਦਾਂ ਦੇ ਬਾਗ ਲੱਗੇ ਹੋਏ ਆ ਜਿਹੜੇ ਮਹੌਲੀ 에ਰਪੋਰਟ ਆ ਇਹਦੇ ਬਿਲਕੁਲ ਜੜਾਂ ਦੇ ਵਿੱਚ ਵਕਰ ਰੁਪਿੰਡਾ ਕਹਿੰਦੇ ਸਾਨੂੰ ਅਧਿਕਾਰੀ ਮੁਆਵਜ਼ਾ ਨਹੀਂ ਦੇ ਰਹੇ 2 ਲੱਖ ਰੁਪਏ ਵੀ ਉਹਦੇ ਲਈ ਵੀ ਰਿਸ਼ਵਤ ਮੰਗ ਰਹੇ ਆ ਕਿ ਸਾਡੇ ਗਵਾਨ ਦੇ ਵਿੱਚ ਖੇਤਾਂ 'ਚ 1 ਏਕੜ ਦੇ ਵਿੱਚ 2-2 ਕਰੋੜ ਰੁਪਏ ਮੁਆਵਜ਼ਾ ਮਿਲ ਗਿਆ ਜਦੋਂ ਇਨਵੈਸਟੀਗੇਸ਼ਨ ਕੀਤੀ ਤਾਂ ਗੱਲ ਸੱਚੀ ਹੀ ਸਾਹਮਣੇ ਆਈ ਕਿ ਜਿਹੜੀਆਂ ਜ਼ਮੀਨਾਂ ਨਵੇਂ ਸੈਕਟਰ ਡਿਵੈਲਪ ਕਰਨ ਵਾਸਤੇ ਖਰੀਦਣੀ ਸੀ ਸਰਕਾਰ ਨੇ ਗਮਾੜਾ ਨੇ ਪੁੱਡਾ ਨੇ ਨਵੇਂ ਚੰਡੀਗੜ੍ਹ ਤੇ ਇਸੇ ਮੋਹਾਲੀ ਦੇ ਵਿੱਚ ਤਾਂ ਉਹ ਜ਼ਮੀਨਾਂ ਦਾ ਅਫਸਰਾਂ ਨੂੰ ਤੇ ਰਾਜਨੀਤਿਕ ਲੋਕਾਂ ਨੂੰ ਪਹਿ ਨਹੀਂ ਪਤਾ ਤਾਂ ਉਹ ਦੋ ਫਿਰ ਅਫਸਰ ਤੇ ਰਾਜਨੀਤਿਕ ਲੋਕ ਆਪਣੇ ਕਰਿੰਦਿਆਂ ਨੂੰ ਭੇਜ ਦਿੰਨੇ ਕਿਸਾਨਾਂ ਕੋਲ ਕਿ ਤੇਰੀ ਜ਼ਮੀਨ ਤਾਂ ਸਰਕਾਰ ਨੇ ਲੈ ਲੈਣੀ ਤੂੰ ਆਪਣੀ ਜ਼ਮੀਨ ਮੈਨੂੰ ਖੇਤੀ ਲਈ ਦੇ ਦੇ ਠਿੱਕੇ ਤੇ ਤੇ ਹੁਣ ਇਸ ਸਕੈਮ ਦਾ ਹਿੱਸਾ ਬਣਾਇਆ ਗਿਆ ਉੱਥੇ ਫਿਰ ਠੇਕੇ ਤੇ ਜ਼ਮੀਨ ਲੈ ਕੇ ਲੀਜ਼ ਤੇ ਜ਼ਮੀਨ ਲੈ ਕੇ ਅਮਰੋਦ ਦੇ ਬੁੱਟੇ ਲਗਾਏ ਗਏ ਕੁਝ ਦਿਨ ਬਾਅਦ ਜਾਂ ਕੁਝ ਮਹੀਨੇ ਬਾਅਦ ਗਮਾੜਾ ਨੇ ਉਹ ਜ਼ਮੀਨ ਕਿਸਾਨ ਕੋਲ ਲੈ ਲੈਣੀ ਹੁੰਦੀ ਹੈ ਜਦੋਂ ਜ਼ਮੀਨ ਦਾ ਮੁਆਵਜ਼ਾ ਦੇਣਾ ਤਾਂ ਦੋ ਤੀਰ ਖੜੀਆਂ ਕੀਤੀ ਜਾਂਦੀਆਂ ਸਰਕਾਰ ਕੋਲੇ ਇੱਕ ਤੀਰ ਜਿਹੜਾ ਕਿਸਾਨ ਹੈ ਜਿਹਨੇ ਜ਼ਮੀਨ ਵੇਚੀ ਹੈ ਦੂਜੀ ਤੀਰ ਜੀ ਨੇ ਜ਼ਮੀਨ ਤਾਂ ਨਹੀਂ ਵੇਚੀ ਉਹ ਕਹਿੰਦਾ ਮੈਂ ਤਾਂ ਖੇਤੀ ਕਰਦਾ ਮੇਰੀ ਖੇਤੀ ਦਾ ਮੁਆਵਜ਼ਾ ਦਿਓ ਇਹ ਲਾਟਰੀ ਲੱਗ ਜਾਂਦੀ ਹੈ 50 ਰੁਪਏ ਦਾ ਬੂਟਾ 5500 ਵਿੱਚ ਕਿਵੇਂ ਵੇਚਣਾ ਇੱਕ ਤਾਂ ਇਹ ਸਕੈਮ ਹੈ 500 ਤੋਂ ਲੈ ਕੇ 3000 ਬੁੱਟੇ ਲਗਾ ਕੇ ਇੱਕ ਏਕੜ ਜਿੱਥੇ 110 ਦਰਖਤਾਂ ਦਾ ਮੁਆਵਜ਼ਾ ਮਿਲਣਾ ਸੀ 3 3000 ਦਰਖਤਾਂ ਦਾ ਮੁਆਵਜ਼ਾ ਦਿੱਤਾ ਗਿਆ ਇਸ ਕਰਕੇ ਕਿਸਾਨ ਨੂੰ ਜਿਹੜੇ ਮਿਲਣਾ ਸੀ ਉਹ 2 ਕਰੋੜ 20 ਲੱਖ ਰੁਪਏ ਇੱਕ ਏਕੜ ਦਾ ਮਿਲਣੇ ਸੀ ਕੀਮਤ ਜ਼ਮੀਨ ਦੀ ਪਰ ਜਿਹੜਾ ਠੇਕੇਦਾਰ ਬਣ ਗਿਆ ਉਹਨੂੰ 2 ਮਹੀਨੇ ਬਾਅਦ 3 ਮਹੀਨੇ ਬਾਅਦ ਇੱਕ ਏਕੜ ਦੀ 1.5 ਕਰੋੜ 2 ਕਰੋੜ ਰੁਪਏ ਮੁਆਵਜ਼ਾ ਸਿਰਫ ਅਮਰੂਦਾਂ ਦਾ ਮਿਲ ਗਿਆ ਜਦਕਿ ਅਮਰੂਦ ਹੈ ਹੀ ਨਹੀਂ ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਇੱਕ ਵੱਡੇ ਸਮੇਂ ਤੋਂ ਜਾਂ ਲੰਬੇ ਸਮੇਂ ਤੋਂ ਅਸੀਂ ਕਹਿ ਸਕਦੇ ਹਾਂ ਕਿ ਗੱਲ ਚੱਲਦੀ ਆਈ ਹੈ ਕਿ ਪੰਜਾਬ ਨੂੰ ਲੁੱਟਣ ਵਾਲੀ ਇੱਕ ਕਲਾਸ ਰਹੀ ਹੈ ਜਿਦੇ ਵਿੱਚ ਬਹੁਤ ਸਾਰੇ ਅਫਸਰਾਂ ਦੇ ਨਾਮ ਆਉਂਦੇ ਰਹੇ ਨੇ ਆਈਏਐਸ ਅਫਸਰ ਪੰਜਾਬ ਨੂੰ ਕਿਸ ਤਰ੍ਹਾਂ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਲੁੱਟ ਰਹੇ ਨੇ ਇਹਦੀਆਂ ਚਰਚਾਵਾਂ ਹਮੇਸ਼ਾ ਸਿਆਸੀ ਗਲਿਆਰਿਆਂ ਦੇ ਵਿੱਚ ਰਹੀਆਂ ਪਰ ਸਬੂਤ ਜਿਹੜੇ ਉਹ ਕਿਤਨਾ ਕਿਤੇ ਨਿਦਾਰਦ ਹੋ ਜਾਂਦੇ ਜਾਂ ਗਾਇਬ ਹੋ ਜਾਂਦੇ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੁੰਦੀ ਪਰ ਇੱਕ ਅਜਿਹਾ ਮਾਮਲਾ ਹੁਣ ਫੇਰ ਸਾਹਮਣੇ ਆਇਆ ਕਿ ਕਿਸ ਤਰੀਕੇ ਦੇ ਨਾਲ ਇੱਕ ਵੱਡਾ ਘਟਾਲਾ ਜਿਹੜਾ ਹੈਗਾ ਉਹ ਆਈਐਸ ਜਿਹੜੀ ਲੌਬੀ ਹੈਗੀ ਉਹਦੇ ਨਾਲ ਜੁੜਦਾ ਹੈਗਾ ਸਾਡੇ ਨਾਲ ਸਤਨਾਮ ਦਾਊ ਨੇ ਗੱਲਬਾਤ ਕਰਕੇ ਸਮਝਾਣਾ ਇਹ ਕਿਹੜਾ ਘਟਾਲਾ ਹੈਗਾ ਕਿਸ ਤਰੀਕੇ ਨਾਲ ਲੋਕਾਂ ਦੇ ਉੱਪਰ ਇੱਕ ਹਿਸਾਬ ਨਾਲ ਅਸੀਂ ਕਹਿ ਸਕਦੇ ਹਾਂ ਉਹਨਾਂ ਦੇ ਪੈਸੇ ਦੀ ਲੁੱਟ ਹੋ ਰਹੀ ਹੈ ਕਿਸ ਤਰੀਕੇ ਨਾਲ ਸਰਕਾਰੀ ਖਜ਼ਾਨੇ ਦੀ ਲੁੱਟ ਹੋ ਰਹੀ ਹੈ ਬਹੁਤ ساری ਇਹ ਚੀਜ਼ਾਂ ਨੇ ਦਾਊ ਸਾਹਿਬ ਅਕਸਰ ਇਹ ਗੱਲ ਚੱਲਦੀ ਰਹੀ ਹੈ ਕਿ ਆਈਐਸ ਅਫਸਰ ਕਲਾਸ ਜਿਹੜੀ ਹੈ ਇਹ ਪੰਜਾਬ ਨੂੰ ਲੁੱਟ ਰਹੀ ਹੈ ਹੁਣ ਤਾਂ ਕਹਿੰਦੇ ਐਫਆਈਆਰ ਵੀ ਹੋ ਗਈ ਨਾਮ ਵੀ ਵਿੱਚ ਆ ਕੇ ਕੁਝ ਲੋਕਾਂ ਨੇ ਆ ਹਾਂ ਬਿਲਕੁਲ ਆਏ ਆ ਜੀ ਸੁਣਿਆ ਕਿ ਉੱਚ ਦੋ ਆਈਐਸ ਅਫਸਰਾਂ ਦੇ ਪਰਿਵਾਰ ਵੀ ਸ਼ਾਮਲ ਹੈਗੇ ਇਹ ਮੀਡੀਆ ਵਾਲੇ ਨੇ ਮੈਨੂੰ ਦੱਸਿਆ ਇੱਕ ਤਾਂ ਡੀਸੀ ਸਾਹਿਬ ਹੈ ਫਿਰੋਜ਼ਪੁਰ ਦੇ ਜਿਹੜੇ ਇੱਥੇ ਏਸੀ ਐ ਗਮਾੜਾ ਰਹੇ ਆ ਤੇ ਹੁਣ ਕੁਝ ਲੋਕ ਕਹਿ ਰਹੇ ਆ ਕਿ ਸੀਏ ਗਮਾੜਾ ਜਿਹੜੇ ਰਹੇ ਆ ਕਦੇ ਉਹਨਾਂ ਦਾ ਨਾਮ ਵੀ ਹੈਗਾ ਮਿਸਟਰ ਰੁਜਮ ਜਿੱਤੀ ਇਹ ਸਮਝਣ ਦੀ ਗੱਲ ਕਰੀਏ ਇਹ ਪੂਰਾ ਘਟਾਲਾ ਹੋਇਆ ਕਿ ਇਸ ਤਰੀਕੇ ਨਾਲ ਤੁਹਾਡੇ ਤੱਕ ਜਾਣ ਕਰਕੇ ਇਸ ਤਰੀਕੇ ਨਾਲ ਆ ਸਾਡੇ ਕੋਲ ਤਾਂ ਪਿਛਲੇ ਕੁਝ ਸਾਲ ਤੋਂ ਕਿਸਾਨ ਪਹੁੰਚ ਰਹੇ ਸੀ ਜਦੋਂ ਇਲੈਕਸ਼ਨ ਦੇ ਦਿਨ ਆਏ ਤਾਂ ਇਸ ਇਲਾਕੇ ਦੇ ਕਿਸਾਨ ਪਹੁੰਚੇ ਉਹ ਕਹਿੰਦੇ ਆ ਸਾਡੇ ਅਮਰੂਦਾਂ ਦੇ ਬਾਗ ਲੱਗੇ ਹੋਏ ਆ ਜਿਹੜੇ ਮਹੌਲੀ 에ਰਪੋਰਟ ਆ ਇਹਦੇ ਬਿਲਕੁਲ ਜੜਾਂ ਦੇ ਵਿੱਚ ਬੱਕਰਪੁਰ ਪਿੰਡ ਆ ਕਹਿੰਦੇ ਸਾਨੂੰ ਅਧਿਕਾਰੀ ਮੁਆਵਜ਼ਾ ਨਹੀਂ ਦੇ ਰਹੇ 2 ਲੱਖ ਰੁਪਏ ਵੀ ਉਹਦੇ ਲਈ ਵੀ ਰਿਸ਼ਵਤ ਮੰਗ ਰਹੇ ਆ ਪਰ ਕਹਿੰਦੇ ਸਾਡੇ ਗਵਾਨ ਦੇ ਵਿੱਚ ਖੇਤਾਂ 'ਚ 1 ਏਕੜ ਦੇ ਵਿੱਚ 2-2 ਕਰੋੜ ਰੁਪਏ ਮੁਆਵਜ਼ਾ ਮਿਲ ਗਿਆ ਮੈਂ ਕਹਿੰਦਾ ਯਾਰ ਇਹ ਕਿਵੇਂ ਪੋਸੀਬਲ ਹੈ ਤਾਂ ਹੋ ਫਿਰ ਜਦੋਂ ਸਾਡੀ ਸਾਡੇ ਪਿੱਛੇ ਹੀ ਪੈ ਗਏ ਸਾਡੀ ਥੋੜੀ ਮਦਦ ਕਰੋ ਤਾਂ ਸਾਡੀ ਟੀਮ ਜਿਹੜੀ ਸਾਡੇ ਤੋਂ ਵੱਧ ਕਾਬਲ ਲੋਗ ਹੈ ਮੇਰੇ ਤੋਂ ਵੱਧ ਕਾਬਲ ਲੋਗਾ ਉਹ ਇਨਵੈਸਟੀਗੇਸ਼ਨ ਦੇ ਵਿੱਚ ਚਲੇ ਗਏ ਜਦੋਂ ਇਨਵੈਸਟੀਗੇਸ਼ਨ ਕੀਤੀ ਤਾਂ ਗੱਲ ਸੱਚੀ ਹੀ ਸਾਹਮਣੇ ਆਈ ਕਿ ਜਿਹੜੀਆਂ ਜ਼ਮੀਨਾਂ ਨਵੇਂ ਸੈਕਟਰ ਡਿਵੈਲਪ ਕਰਨ ਵਾਸਤੇ ਖਰੀਦਣੀਆਂ ਸੀ ਸਰਕਾਰ ਨੇ ਗਮਾੜਾ ਨੇ ਪੁੱਡਾ ਨੇ ਨਵੇਂ ਚੰਡੀਗੜ੍ਹ ਤੇ ਇਸੇ ਮੋਹਾਲੀ ਦੇ ਵਿੱਚ ਤਾਂ ਉਹ ਜ਼ਮੀਨਾਂ ਦਾ ਅਫਸਰਾਂ ਨੂੰ ਤੇ ਰਾਜਨੀਤਿਕ ਲੋਕਾਂ ਨੂੰ ਪਹਿ ਨਹੀਂ ਪਤਾ ਕਿ ਬਾਕਰਪੁਰ ਬਿੰਦ ਦੀ ਜਮਾਨ ਜਾਂ ਐਟ੍ਰੋਪੋਲਿਸ ਪ੍ਰੋਜੈਕਟ ਦੀ ਜ਼ਮੀਨ ਜਾਂ ਨਵੇਂ ਚੰਡੀਗੜ੍ਹ ਦੀ ਜ਼ਮੀਨ ਜਿਹੜੀ ਹੈ ਉਹ ਫਿਊਚਰ ਚ ਖਰੀਦ ਲੈਣੀ ਹੈ ਮਹੀਨੇ ਬਾਅਦ 2 ਮਹੀਨੇ ਬਾਅਦ 6 ਮਹੀਨੇ ਬਾਅਦ ਕਿਉਂਕਿ ਇਹਦੇ ਨੋਟਿਸ ਜਾਰੀ ਹੁੰਦੇ ਹੁੰਦੇ ਆ ਤਾਂ ਉਦੋਂ ਫਿਰ ਅਫਸਰ ਤੇ ਰਾਜਨੀਤਿਕ ਲੋਕ ਆਪਣੇ ਕਰੀਂਦਿਆਂ ਨੂੰ ਭੇਜ ਦਿੰਨੇ ਕਿਸਾਨਾਂ ਕੋਲ ਕਿ ਤੇਰੀ ਜ਼ਮੀਨ ਤਾਂ ਸਰਕਾਰ ਨੇ ਲੈ ਲੈਣੀ ਤੂੰ ਆਪਣੀ ਜ਼ਮੀਨ ਮੈਨੂੰ ਖੇਤੀ ਲਈ ਦੇ ਦੇ ਠੇਕੇ ਤੇ ਤੇ ਉਹ ਲਾਲਚ ਕੀ ਹੁੰਦਾ ਕਿਸਾਨ ਨੂੰ ਜੇ 20000 ਰੇਟ ਚੱਲਦਾ 50 ਦੇ ਦਿਓ 50 ਚਾਹਦਾ 70 ਦੇ ਦਿਓ ਕਿਸਾਨ ਨੂੰ ਪਤਾ ਕਿ ਮੈਂ ਖੇਤੀ ਦਾ ਕਰਨੀ ਨਹੀਂ ਚੱਲ ਇਹਦੇ ਕੋਲ 60 70000 ਰੁ ਉੱਥੇ ਫਿਰ ਠੇਕੇ ਤੇ ਜ਼ਮੀਨ ਲੈ ਕੇ ਲੀਜ਼ ਤੇ ਜ਼ਮੀਨ ਲੈ ਕੇ ਅਮਰੋਦ ਦੇ ਬੁੱਟੇ ਲਗਾਏ ਗਏ ਅਮਰੋਦ ਦੇ ਬੁੱਟੇ ਦੇ ਆ ਠੇਕਾ ਕੀਤਾ ਗਿਆ ਕੁਝ ਨਰਸਰੀ ਵਾਲੇ ਨਾਲ 50 ਰੁਪਏ ਦਾ 50 ਰੁਪਏ ਦਾ ਬੁੱਟਾ ਲਗਾ ਕੇ ਜਦੋਂ ਬੁੱਟੇ ਲੱਗ ਗਏ ਤਾਂ ਕੁਝ ਦਿਨਾਂ ਬਾਅਦ ਜਾਂ ਕੁਝ ਮਹੀਨੇ ਬਾਅਦ ਗਮਾੜਾ ਨੇ ਉਹ ਜ਼ਮੀਨ ਕਿਸਾਨ ਕੋਲ ਲੈ ਲੈਣੀ ਹੁੰਦੀ ਹੈ ਜਦੋਂ ਜ਼ਮੀਨ ਦਾ ਮੁਆਵਜ਼ਾ ਦੇਣਾ ਤਾਂ 2 ਤੀਰ ਖੜੀਆਂ ਕੀਤੀਆਂ ਜਾਂਦੀਆਂ ਸਰਕਾਰ ਕੋਲੇ ਇੱਕ ਤੀਰ ਜਿਹੜਾ ਕਿਸਾਨ ਹੈ ਜਿਹਨੇ ਜ਼ਮੀਨ ਵੇਚੀ ਹੈ ਦੂਜੀ ਤੀਰ ਜੀ ਨੇ ਜ਼ਮੀਨ ਤਾਂ ਨਹੀਂ ਵੇਚੀ ਉਹ ਕਹਿੰਦਾ ਮੈਂ ਤਾਂ ਖੇਤੀ ਕਰਦਾ ਮੇਰੀ ਖੇਤੀ ਦਾ ਮੁਆਵਜ਼ਾ ਦੇ ਹੁੰ ਜੇ ਤਾਂ ਹੋਏ ਚੋਨਾ ਜਾਂ ਕਣਕ ਤਾਂ ਵੇਟ ਕਰ ਸਕਦੇ ਵੀ 2-4 ਮਹੀਨੇ ਰੁਕ ਜਾ ਪਰ ਉਹ ਕਹਿੰਦਾ ਮੇਰੇ ਤਾਂ ਤੇ ਅਮਰੂਦ ਦੇ ਦਰਖਤ ਖੜੇ ਆ ਮੇਰਾ ਅਮਰੂਦ ਦੇ ਦਰਖਤਾਂ ਦਾ ਮੁਆਵਜ਼ਾ ਦਿਓ ਉਹ ਪੌਦੇ ਨੂੰ ਪੇਪਰਾਂ 'ਚ ਦਰਖਤ ਬਣਾਇਆ ਗਿਆ ਤੇ ਦਰਖਤ ਦੀ ਕੀਮਤ ਜਿਹੜੀ ਸਰਕਾਰੀ ਹਦਾਇਤਾਂ ਮਤਾਗ 5500 ਰੁਪਇਆ ਹੈ ਇਹ ਲਾਟਰੀ ਲੱਗ ਜਾਂਦੀ ਹੈ 50 ਰੁਪਏ ਦਾ ਬੁੱਟਾ 5500 ਵਿੱਚ ਕਿਵੇਂ ਵੇਚਣਾ ਇੱਕ ਤਾਂ ਇਹ ਸਕੈਮ ਹੈ ਬਾਗ ਹੈ ਨਹੀਂ ਅਮਰੂਦਾਂ ਦੇ ਬੁੱਟੇ ਹੈ ਹੀ ਨਹੀਂ ਤੇ ਦਿਖਾ ਦਿੱਤਾ ਛੋਟੇ ਪਲਾਂਟ ਨੂੰ ਬੁੱਟਾ ਵੱਡਾ ਦਰਖਤ ਇੱਕ ਤਾਂ ਸਕੈਮ ਹੀ ਹੈ ਦੂਜੇ ਸਕੇਮੇ ਹੈ ਸਰਕਾਰੀ ਵਿਭਾਗ ਦੀਆਂ ਹਦਾਇਤਾਂ ਮੁਤਾਬਕ 110 ਤੋਂ ਲੈ ਕੇ 130 ਬੁੱਟੇ 1 ਏਕੜ ਦੇ ਵਿੱਚ ਲਗਾਏ ਜਾਂਦੇ ਆ ਉਸ ਤੋਂ ਬਾਅਦ ਨਹੀਂ ਲਗਾਏ ਜਾ ਸਕਦੇ ਜੇ ਲਗਾਈ ਕਿਸੇ ਕਿਸਾਨ ਨੇ ਆਪਣੀ ਮਰਜ਼ੀ ਕਰੇਗਾ ਪਰ ਸਰਕਾਰ ਨੇ ਮੁਆਵਜ਼ਾ 130 ਬੁੱਟਾ ਦੇਣਾ ਪਰ ਲਗਾਏ ਕਿੰਨੇ ਗਏ ਐਫ ਆਈ ਆਰ ਦੇ ਮੁਤਾਬਕ ਤੇ ਸਾਡੀ ਇਨਵੈਸਟੀਗੇਸ਼ਨ ਦੇ ਮੁਤਾਬਕ 500 ਤੋਂ ਲੈ ਕੇ 3000 ਬੁੱਟੇ ਲਗਾ ਕੇ 1 ਏਕੜ ਜਿੱਥੇ 110 ਦਰਖਤਾਂ ਦਾ ਮੁਆਵਜ਼ਾ ਮਿਲਣਾ ਸੀ 3 ਤੋਂ 3000 ਦਰਖਤਾਂ ਦਾ ਮੁਆਵਜ਼ਾ ਦਿੱਤਾ ਗਿਆ ਇਸ ਕਰਕੇ ਕਿਸਾਨ ਨੂੰ ਜਿਹੜੇ ਮਿਲਣਾ ਸੀ ਉਹ 2 ਕਰੋੜ 20 ਲੱਖ ਰੁਪਏ 1 ਏਕੜ ਦਾ ਮਿਲਣੇ ਸੀ ਕੀਮਤ ਜ਼ਮੀਨ ਦੀ ਪਰ ਜਿਹੜਾ ਠੇਕੇਦਾਰ ਬਣ ਗਿਆ ਉਹਨੂੰ 2 ਮਹੀਨੇ ਬਾਅਦ 3 ਮਹੀਨੇ ਬਾਅਦ 1 ਏਕੜ ਦੀ 1.5 ਕਰੋੜ 2 ਕਰੋੜ ਰੁਪਏ ਮੁਆਵਜ਼ਾ ਸਿਰਫ ਅਮਰੂਦਾਂ ਦਾ ਮਿਲ ਗਿਆ ਜਦਕਿ ਅਮਰੂਦ ਹੈ ਹੀ ਨਹੀਂ ਜੀ ਇਹ ਸੀ ਸਮਝਣ ਦੀ ਕੋਸ਼ਿਸ਼ ਕਰੀ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਇੱਕ ਵੀਡੀਓ ਵੀ ਸਾਹਮਣੇ ਆ ਰਹੀ ਵਿੱਚ ਬੂਟੇ ਲੱਗੇ ਵੀ ਦਿਖਾਏ ਜਾ ਰਹੇ ਨੇ ਉਹ ਕਿਹੜੇ ਬੂਟੇ ਨੇ ਫਿਰ ਅਮਰੂਦ ਦੇ ਬੂਟੇ ਨੇ ਹੱਲੇ ਜਾਂ ਕੁਝ ਹੋਰ ਸੀ ਹਾਂਜੀ ਇਹ ਹਰਵਿੰਦਰ ਜੀ ਮੇਰੇ ਨਾਲ ਆਸੀਂ ਇਕੱਠੇ ਹੀ ਗਏ ਸੀਗੇ ਤੇ ਹੋਇਆ ਕਿ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਬੋਲਣ ਲੱਗ ਅਸੀਂ ਗਮਾਡਾ ਅਧਿਕਾਰੀ ਨੂੰ ਕਿਹਾ ਜੇ ਤੁਸੀਂ ਦਰਖਤਾਂ ਦਾ ਮੁਆਵਜ਼ਾ ਦੇਤਾ 5500 ਰੁਪਇਆ ਤਾਂ ਉਹ ਮੁਆਵਜ਼ਾ ਦੇਣ ਤੋਂ ਬਾਅਦ ਪ੍ਰਾਪਰਟੀ ਤੁਹਾਡੀ ਹੋ ਗਈ ਦਰਖਤ ਤੁਸੀਂ ਉਹ ਲੱਕੜ ਦੇਓ ਕਿੱਥੇ ਆ ਜਿਹੜੇ ਅਮਰੋਦ ਵੱਢ ਕੇ ਤੁਸੀਂ ਡਿਵੈਲਪਮੈਂਟ ਕੀਤੀ ਹੈ ਹੁਣ ਜੇ ਲੱਕੜ ਹੁਣ ਤਾਂ ਦਿਖਾਣ ਤੇ ਉਹਨਾਂ ਦੇ ਗੱਲ ਦਾ ਫੰਦਾ ਬਣ ਗਿਆ ਲੱਕੜ ਹੈ ਨਹੀਂ ਕੋਈ ਦਰਖਤ ਹੀ ਨਹੀਂ ਹੈ ਹੈ ਤਾਂ ਛੋਟੇ ਛੋਟੇ ਪੌਦੇ ਸੀਗੇ ਤਾਂ ਐਨੇ ਸਬੂਤ ਖਤਮ ਕਰਨ ਵਾਸਤੇ ਉਹਨਾਂ ਪੌਦੇ ਨੂੰ ਪੱਟਣਾ ਸ਼ੁਰੂ ਕਰ ਦਿੱਤਾ ਇਸ ਕਰਕੇ ਤਾਂ ਕਿ ਕੱਲ ਨੂੰ ਇਹ ਐਫਆਈਆਰ ਲਗਾ ਦੇਣ ਲੱਕੜ ਚੋਰੀ ਹੋ ਗਈ ਜਾਂ ਅੱਗ ਲੱਗੀ ਕੁਝ ਵੀ ਕਰ ਸਕਦੇ ਐਫਸਰ ਤਾਂ ਉਹਨਾਂ ਦਿਨਾਂ ਜਦੋਂ ਪੱਟਣ ਲੱ ਤਾ ਸਾਡੀ ਟੀਮ ਵਿੱਚ ਹਰਵਿੰਦਰ ਜੀ ਵੀ ਖੜੇ ਆ ਅਸੀਂ ਪੂਰੀ ਟੀਮ ਛੱਡ ਦਿੱਤੀ ਅਸੀਂ ਵੀਡੀਓਗ੍ਰਾਫੀ ਕਰਨ ਲੱਗ ਪਏ ਨਾਲ ਦੀ ਨਾਲ ਸ਼ਿਕਾਇਤਾਂ ਕਰਨ ਲੱਗ ਪਏ ਕਾਰਵਾਈ ਤਾਂ ਕੋਈ ਨਹੀਂ ਹੋਈ ਉਲਟਾ ਗਮਾੜਾ ਦੀ ਅਫੀਸ਼ੀਅਲ ਜੇਸੀਬੀ ਨਾਲ ਉਹ ਜਿਹੜੇ ਵੱਡੇ-ਵੱਟੇ ਹੋ ਗਏ 1 ਫੁੱਟ ਦਾ ਹੋ ਗਿਆ 2 ਫੁੱਟ ਦਾ ਹੋ ਗਿਆ ਉਹਨੂੰ ਪੱਟਣਾ ਸ਼ੁਰੂ ਕਰ ਦਿੱਤਾ ਫਿਰ ਇੱਕ ਹੋਰ ਵੱਡੀ ਗੱਲ ਹੋਈ ਜਿਹੜੀ ਮੇਰੇ ਨਾਲ ਅਸੀਂ ਕਦੇ ਵੀ ਨਹੀਂ ਸੁਣੀ ਰੌਲਾ ਪੈ ਗਿਆ ਸਾਲ ਪਹਿਲੇ ਕਿ ਤੇ ਸ਼ੇਰ ਘੁੰਮਦਾ ਪਿੰਜਰੇ ਲੱਗੇ ਅਫਵਾਹ ਉੜ ਗਈ ਅਖਬਾਰਾਂ ਦੀ ਖਬਰ ਆ ਗਈਆਂ ਕਿ ਮੋਹਾਲੀ ਦੇ ਪਿੰਡਾਂ ਦੇ ਵਿੱਚ ਸ਼ੇਰ ਘੁੰਮਦਾ ਪਰ ਬਾਕਰਪੁਰ ਪਿੰਡ ਦੀ ਗੱਲ ਹੈ ਬਾਕਰਪੁਰ ਪਿੰਡ ਦੇ ਵਿੱਚ ਸਾਨੂੰ ਕਿਸਾਨਾਂ ਨੇ ਦੱਸਿਆ ਕਿ ਸ਼ੇਰ ਘੁੰਮਣ ਦੀ ਅਫਵਾਹ ਨੇ ਇਸ ਕਰਕੇ ਉਡਾਈ ਹੈ ਤਾਂ ਕਿ ਜਿਹੜੇ ਬੁੱਟੇ ਦਿਨ ਚ ਪੜਦੇ ਤੁਸੀਂ ਜਾ ਕੇ ਵੀਡੀਓਗ੍ਰਾਫੀ ਕਰਦੇ ਸੀ ਹੁਣ ਰਾਤ ਨੂੰ ਪਟ ਰਹੇ ਆ ਤੇ ਲੋਕ ਬਾਹਰ ਨਾਲ ਨਿਕਲਦੇ ਤੁਸੀਂ ਲੋਕ ਖੇਤਾਂ 'ਚ ਨਾ ਆਓ ਤੁਹਾਨੂੰ ਡਰਾਉਣ ਵਾਸਤੇ ਸ਼ੇਰ ਦੀ ਅਫਵਾਹ ਉਡਾਈ ਗਈ ਪਰ ਸਾਡੀ ਟੀਮ ਉਦੋਂ ਵੀ ਰਾਤ ਨੂੰ ਪਹਿਰਾ ਦੰਦੇ ਰਹੀ ਹੈ ਉਹ ਵੀ ਇਹਨਾਂ ਨੇ ਕੀਤਾ ਬੁੱਟੇ ਹੈ ਨਹੀਂ ਦਰਖਤ ਹੈ ਨਹੀਂ ਅਮਰੂਦ ਹੈ ਨਹੀਂ ਲੱਕੜ ਹੈ ਨਹੀਂ ਅਰਬਰ ਦਾ ਮੁਆਵਜ਼ਾ ਵੰਡਿਆ ਗਿਆ ਇਹ ਸਾਰੀ ਫਿਰ ਸਾਡੇ ਵੱਲੋਂ ਸਾਡੇ ਟੀਮ ਵੱਲੋਂ ਮੇਰੇ ਕੋਲ ਸ਼ਿਕਾਇਤ ਕਰਵਾਈ ਗਈ ਸਾਲ ਪਹਿਲਾਂ ਸੀਐਮ ਸਾਹਿਬ ਨੂੰ ਵਿਜੀਲੈਂਸ ਨੂੰ ਐਮਐਲਏ ਮੋਹਾਲੀ ਨੂੰ ਵੀ ਕੀਤੀ ਐਮਐਲਏ ਮੋਹਾਲੀ ਨੇ ਵੀ ਚਿੱਠੀ ਲਿਖ ਦਿੱਤੀ ਅੱਗੇ ਆਪਣੇ ਡਿਪਾਰਟਮੈਂਟ ਨੂੰ ਜਿੱਥੇ ਵੀ ਲਿਖਣੀ ਸੀ ਸੀਐਮ ਸਾਹਿਬ ਨੂੰ ਤੇ ਵਿਧਾਨ ਸਭਾ ਚ ਇੱਕ ਐਮਐਲਏ ਸਾਹਿਬ ਜੋੜ ਮਾਜਰਾ ਜਿਹੜੇ ਸੇਧ ਮੰਤਰੀ ਰਹੇ ਇਸ ਸਰਕਾਰ ਚ ਉਹਨਾਂ ਨੇ ਵਿਧਾਨ ਸਭਾ ਸਵਾਲ ਵੀ ਕੀਤਾ ਇਸ ਮਾਮਲੇ ਦੇ ਵਿੱਚ ਐਫਆਈਆਰ ਜਿਹੜੀ ਹੋਈ ਹੈ ਇਹ ਐਫਆਈਆਰ ਕਦੋਂ ਹੋਈ ਹੈ ਤੇ ਕਿਹੜੇ ਕਿਹੜੇ ਲੋਕਾਂ ਦੇ ਨਾਮ ਸ਼ਾਮਿਲ ਹੋਏ ਆਂ ਐਫਆਈਆਰ ਤਾਂ ਮਤਲਬ ਜੀ 2-3 ਦਿਨ ਪਹਿਲੇ ਹੋਈ ਹੈ 18 ਬੰਦਿਆਂ ਦੇ ਐਫਆਈਆਰ ਚ ਨਾਮ ਹੈਗੇ ਆ ਉਹ ਚੋਂ 8 ਬੰਦੇ ਅੰਦਰ ਹੈ ਮੈਂ ਕਿਸੇ ਨੂੰ ਵੀ ਨਹੀਂ ਜਾਣਦਾ ਦੋ ਬੰਦੇ ਨੂੰ ਮਿਲੇ ਸੀ ਮੈਂ ਸਾਲ ਪਹਿਲੇ ਮੇਰੇ ਨਾਲ ਸੈਟਲਮੈਂਟ ਕਰਨ ਆਏ ਸੀ ਕਿ ਆਵਾਜ਼ ਬੰਦ ਕਰ ਦੇ ਆਵਾਜ਼ ਅਸੀਂ ਬੰਦ ਨਹੀਂ ਕਰਦੇ ਹੁੰਦੇ ਉਹ ਬੰਦੇ ਜੇਲ੍ਹ ਚ ਹੈ ਪਰ ਬਾਅਦ ਜਦੋਂ ਐਫਆਈਆਰ ਵਾਇਰਲ ਤਾਂ ਸਾਡੇ মিডিਆ ਵਾਲੇ ਦੋਸਤਾਂ ਨੇ ਦੱਸਿਆ ਕਹਿੰਦੇ ਆਈਐਸ ਅਫਸਰਾਂ ਦੇ ਨਾਮ ਐ ਆਈਐਸ ਅਫਸਰਾਂ ਦੀ ਪਤਨੀਆਂ ਦੇ ਨਾਮ ਐ ਉਹ ਅਖਬਾਰਾਂ ਦੀ ਖਬਰਾਂ ਨੂੰ ਲੱਗੇ ਮੈਂ ਪੜੀਆਂ ਤੇ ਉਹਦੇ ਵਿੱਚ ਮਿਸਟਰ ਤੇਮਾਨ ਹੈਗੇ ਜਿਹੜੇ ਤੇਮਾਨ ਸੀਗੇ ਤੇ ਏਐਮਡੀ ਐਮ ਜਿਹੜਾ ਗਮਾੜਾ ਦੇ ਜਿਹੜੇ ਸੀਨੀਅਰ ਸੀਗੇ ਉਹਨਾਂ ਦੀ ਵਾਈਫ ਦਾ ਨਾਮ ਸੁਣਿਆ ਮੈਂ ਉਹਨਾਂ ਦਾ ਐਫਆਈਆਰ 'ਚ ਨਾਮ ਵੀ ਹੈਗਾ ਉਹਨਾਂ ਦੇ ਬਿਆਨ ਵੀ ਆ ਰਹੇ ਮੀਡੀਆ ਦੇ ਐਫਆਈਆਰ ਦੇ ਵਿੱਚ ਪੁਖਤਾ ਤੁਸੀਂ ਆਪਣੇ ਵੱਲੋਂ ਪੁਖਤਗੀ ਕਰ ਲਈ ਹੈ ਵੀ ਹਾਂ ਉਹਨਾਂ ਦੇ ਨਾਮ ਐ ਦੇਖੋ ਇਹਦਾ ਵਿਜੀਲੈਂਸ ਦੱਸੇ ਹਣਾ ਮੀਡੀਆ ਚ ਖਬਰ ਆ ਗਈਆਂ ਮਿਸਟਰ ਤੇਮਾਨ ਦਾ ਨਾਮ ਆ ਗਿਆ ਉਹਦੀ ਵਾਈਫ ਦਾ ਨਾਮ ਆ ਨਾਮ ਆ ਗਿਆ ਇੱਕ ਸਿਮਨਪ੍ਰੀਤ ਕੌਰ ਹੈ ਕੋਈ ਸੈਕਟਰ 20 ਦੀ 300 ਕੁਛ ਨੰਬਰ ਦੇ ਤੇ ਘਰ ਦਾ ਹੈ ਇਹ ਵੀ ਕਿਹਾ ਗਿਆ ਕਿ ਆਈਐਸ ਅਫਸਰ ਰੁਜਮ ਦੀ ਪਤਨੀ ਹੈ ਪਰ ਰੁਜਮ ਜੀ ਨੇ ਇਹਦੇ ਗੱਲ ਦਾ ਖੰਡਨ ਕੀਤਾ ਤੇ ਉਹ ਕਹਿੰਦੇ ਵੀ ਮੇਰੀ ਵਾਈਫ ਨਹੀਂ ਹੈ ਮੇਰਾ ਐਡਰੈਸ ਨਹੀਂ ਹੈ ਹੁਣ ਮੈਨੂੰ ਪਤਾ ਨਹੀਂ ਕੀ ਹੈ ਪਰ ਜਿਹੜਾ ਰਿਕਾਰਡ ਵਾਇਰਲ ਹੋਇਆ ਜਿਹੜਾ ਪੱਤਰਕਾਰਾਂ ਕੋਲ ਵੀ ਹੈ ਪੁਲਿਸ ਕੋਲ ਵੀ ਹੈ ਵਿਜੀਲੈਂਸ ਕੋਲ ਵੀ ਹੈ ਸਾਡੇ ਬੰਦੇ ਕੋਲ ਆਰਟੀਆ ਰਹੀ ਵੀ ਹੈ ਉਹਦੇ ਵਿੱਚ ਬਾਕਰਪੁਰ ਪਿੰਡ ਦੇ ਵਿੱਚ ਰੁਜਮ ਸਨਅਬ ਐਸਐਲ ਰੁਜਮ ਵਰਨ ਰੋਜਮ ਸਨ ਆਫ ਐਸਐਲ ਰੋਜਮ ਤੇ ਵਰਨ ਰੋਜਮ ਦੀ ਪਤਨੀ ਸਿਮਰਪ੍ਰੀਤ ਉਹਨਾਂ ਇੱਕ ਹੋਰ ਨਾਲ ਮਿਸਟਰ ਬਧਾਵਨਾ ਤਿੰਨ ਬੰਦਿਆਂ ਨੇ 56 ਲੱਖ ਰੁਪਏ ਦਾ ਮੁਆਵਜ਼ਾ ਮਿਲਿਆ ਹੁਣ ਵਰਨ ਰੋਜਮ ਆਈਐਸ ਅਫਸਰ ਹੈ ਜਾਂ ਕੋ ਹੋਰ ਹੈ ਇਹ ਵਰਨ ਰੋਜਮ ਜਾਣਦੇ ਜਾਂ ਵਿਜੀਲੈਂਸ ਜਾਣਦੀ ਹੈ ਜਾਂਚ ਦਾ ਵਿਸ਼ਾ ਹੈ ਹਰਵਿੰਦਰ ਜੀ ਜਿਹੜੀ ਗੱਲ ਕਰ ਰਹੇ ਸੀਗੇ ਵਿੱਚ ਕਿ ਇਹ ਬੜੀ ਅਹਿਮ ਚੀਜ਼ ਹੈ ਕਿ ਇਦਾਂ ਦੀ ਚੀਜ਼ ਜਦੋਂ ਮਿਲਦੀ ਹੈ ਤਾਂ ਦਬਾਅ ਬੜਾ ਬਣਦਾ ਪ੍ਰੈਸ਼ਰ ਬੜਾ ਬਣਦਾ ਲੋਕਾਂ ਨੇ ਪਹੁੰਚ ਵੀ ਕੀਤੀ ਜੋ ਤੁਸੀਂ ਤੁਹਾਡੀ ਟੀਮ ਲੱਗੀ ਹੋਈ ਸੀ ਇਸ ਬਾਰੇ ਜਾਂਚ ਕਰਨ ਉਦੋਂ ਕਿੱਥੋਂ ਕਿੱਥੋਂ ਪ੍ਰੈਸ਼ਰ ਹੈ ਪ੍ਰੈਸ਼ਰ ਤੋਂ ਸਰ ਜਿਹੜੇ ਦੇਖੋ ਜਿਹੜੇ ਚੋਰ ਲੋਕ ਹੁੰਨੇ ਆ ਇਹ ਕਿਤੇ ਨਾ ਕਿਤੇ ਇਹਨਾਂ ਦੀ ਲਿੰਕ ਹੁੰਦੀਆਂ ਇਹ ਫਿਰ ਬਾਹਰੋਂ ਬਾਰੀ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਵੀ ਕਰਦੇ ਆ ਪਰ ਸਾਡੀ ਟੀਮ ਜਿਹੜੀ ਹੈ ਪੀਏਸੀ ਦੀ ਟੀਮ ਹੈ ਇਹ ਨਿਰਪੱਖ ਹੋ ਕੇ ਚੱਲਦੀ ਹੈ ਇਹ ਇਦਾਂ ਦੇ ਨਹੀਂ ਐਕਸੈਪਟ ਕਰਦੀ ਇੱਕ ਬੜਾ ਬੜਾ ਸਵਾਲ ਰਿਹਾ ਬੜੇ ਲੰਮੇ ਸਮੇਂ ਤੋਂ ਜਿੱਦਾਂ ਦਾ ਹੁਣ ਵੀ ਕਹਿ ਰਹੇ ਸੀ ਤਾਂ ਹੋਰ ਵੀ ਬਹੁਤ ਸਾਰੇ ਜਿਹੜੇ ਚਿੰਤਕ ਹੈ ਉਹ ਲਗਾਤਾਰ ਕਹਿੰਦੇ ਕਹਿੰਦੇ ਕਿ ਇੱਕ ਵਾਰੀ ਜਾਂਚ ਹੋਣੀ ਚਾਹੀਦੀ ਹੈ ਕਟੋਕਟ IAS ਅਫਸਰਾਂ ਦੀ ਵੀ ਇਹਨਾਂ ਤੋਂ ਵੀ ਅਸਾਸਿਆਂ ਤੋਂ ਵੱਧ ਜਾਇਦਾਦਾਂ ਹੈਗੀਆਂ ਨੇ ਤਾਂ ਇਹ ਤੁਹਾਨੂੰ ਲੱਗਦਾ ਕਿ ਸਮੇਂ ਦੀ ਮੰਗ ਵੀ ਹੈਗੀ ਹੈ ਇਹ ਚੀਜ਼ ਹੋਣੀ ਚਾਹੀਦੀ ਬਿਲਕੁਲ ਸਮੇਂ ਦੀ ਮੰਗ ਹੈ ਜੀ ਇਹ ਹੋਣਾ ਵੀ ਚਾਹੀਦਾ ਇੱਕ ਅਧਿਕਾਰੀ ਦੇਖੋ ਮੰਨ ਲਓ ਕੋਈ ਵੀ ਅਧਿਕਾਰੀ ਹੈ ਜੇ ਕੋਈ ਛੋਟਾ ਹੈ ਜਾਂ ਵੱਡਾ ਉਹਦੀ ਇੱਕ ਜਿਹੜੀ ਸੀਮਾ ਮਤਲਬ ਪੇਕ ਉਹਨੂੰ ਮਿਲਦੀ ਹੈ ਤੇ ਤੈਹ ਹੁੰਦੀ ਹੈ ਹਨਾ ਕਿਸੇ ਦੀ 30000 ਕਿਸੇ ਦੀ 2 ਲੱਖ ਵੀ ਹੋਊਗੀ 1.5 ਲੱਖ ਵੀ ਹੋਊਗੀ ਉਹ 1.5 ਲੱਖ ਰੁਪਏ ਜਾਂ ਨਹੀਂ ਕਰੋੜਾਂ ਰੁਪਏ ਦੀ ਹਰ ਰੁਪਏ ਦੀ ਪ੍ਰਾਪਰਟੀ ਕਿਵੇਂ ਬਣਾ ਜਾਂਦਾ ਇਹ ਸੋਚਣ ਦਾ ਵੀ ਸ਼ਾ ਇਸੇ ਕਰਕੇ ਮਤਲਬ ਇਹ ਮੰਗ ਵੀ ਹੈ ਇਹ ਹੋਣਾ ਵੀ ਚਾਹੀਦਾ ਇਹਨਾਂ ਦੀ ਇਨਕੁਆਰੀ ਜ਼ਰੂਰ ਹੋਣੀ ਚਾਹੀਦੀ ਆ ਇਸ ਮਾਮਲੇ ਦੇ ਵਿੱਚ ਵੀ ਮੰਨਦੇ ਸੀਦੇ ਤੌਰ ਤੇ ਕਿ ਆਈਐਸ ਆਈ ਜਿਹੜੇ ਅਫਸਰ ਨੇ ਉਹਨਾਂ ਦੀ ਮਿਲਿ ਭੁਗਤ ਰਹੀ ਹੋਗੀ ਉਸ ਤੋਂ ਬਿਨਾਂ ਇਹ ਚੀਜ਼ਾਂ ਨਹੀਂ ਸੰਭਵ ਹੈ ਬਿਲਕੁਲ ਹੈ ਜੀ ਉਹ ਉਹਨਾਂ ਤੋਂ ਬਿਨਾਂ ਇਹ ਕਿੱਦਾਂ ਹੋ ਸਕਦਾ ਜਦੋਂ ਹੁਣ ਸਾਡੇ ਕੋਲ ਜਿਹੜੇ ਜ਼ਿਮੀਂਦਾਰ ਆ ਕੇ ਕਹਿ ਰਹੇ ਵੀ ਸਾਨੂੰ 2 ਲੱਖ ਵੀ ਮੁਆਵਜ਼ਾ ਨਹੀਂ ਦੇ ਰਹੇ ਉਹਦੇ ਲਈ ਵੀ ਰਿਸ਼ਵਤਾਂ ਮੰਗੀਆਂ ਜਾ ਰਹੀਆਂ ਇੱਕ ਪਾਸੇ ਜ਼ਿਮੀਂਦਾਰ ਨੂੰ ਉਸੇ ਚੀਜ਼ ਦਾ ਉਸੇ ਬਾਗ ਦਾ 2 ਲੱਖ ਵੀ ਨਹੀਂ ਮਿਲਦਾ ਦੂਜੇ ਪਾਸੇ ਉਸੇ ਬਾਗ ਲਈ 2-2 ਕਰੋੜ ਰੁਪਏ ਦਾ ਮੁਆਵਜ਼ਾ ਵੀ ਮਿਲ ਰਿਹਾ ਇਹ ਸੌਚ ਸਾਰੀ ਸਾਰੀ ਮਿਲੀ ਭੁਗਤ ਤੱਕ ਵੀ ਭੁਗਤਨ ਵਾਲੀ ਹੋ ਰਿਹਾ ਸਾਬ ਧਮਕੀਆਂ ਵੀ ਆ ਰਹੀਆਂ ਕਹਿੰਦੇ ਕਿ ਧਮਕੀਆਂ ਦਾ ਵੀ ਜ਼ਿਕਰ ਚੱਲ ਰਿਹਾ ਕਿ ਡਰਾਉਣ ਧਮਕਾਉਣ ਦੀ ਵੀ ਕੋਸ਼ਿਸ਼ ਹਾਂਜੀ ਇਹ ਸ਼ੁਰੂਤ ਚੱਲਦੇ ਰਹਿੰਦਾ ਪਰ ਕਿਉਂਕਿ ਅਸੀਂ ਇਹਨੂੰ ਇਗਨੋਰ ਕਰਦੇ ਹਾਂ ਧਮਕੀਆਂ ਮੈਂ ਪਿਛਲੇ ਤੁਹਾਡੇ ਦੋ ਤਿੰਨ ਇੰਟਰਵਿਊ ਚ ਵੀ ਕਿਹਾ ਕਿ ਮੱਛਰ ਤੋਂ ਵੀ ਡਰ ਲੱਗਦਾ ਮੱਛਰ ਵੀ ਧਮਕੀ ਹੈ ਸਾਡੇ ਦੀ ਵੀ ਡੇਂਗੂ ਕਰਕੇ ਸਾਨੂੰ ਮਾਰ ਸਕਦਾ ਕਰੋਨਾ ਤੋਂ ਵੀ ਡਰ ਲੱਗਦਾ ਦਿਖਦਾ ਨਹੀਂ ਵੱਡਾ ਖਤਰਨਾਕ ਵੀ ਹੈ ਨਹੀਂ ਪਰ ਕਹਿੰਦੇ ਵੀ ਕਰੋਨਾ ਨਾਲ ਵੀ ਲੋਕ ਮਰਦੇ ਆ ਇਸ ਕਰਕੇ ਇਹ ਆਪਾਂ ਸਮਝਦੇ ਮੱਛਰਾਂ ਦੇ ਬਰਾਬਰ ਹੀ ਆ ਵਧੀਆ ਗੱਲ ਇਹ ਕਿ ਮੱਛ ਇਹ ਤਾਂ ਛੇਛੇ ਫੋੜਦੇ ਲੋਕ ਆ ਧਮਕੇ ਦੇਣ ਵਾਲੇ ਤੇ ਕਤਲ ਕਰਨ ਵਾਲੇ ਦੂਜੀ ਗੱਲ ਇਹ ਹੈ ਕਿ ਮੈਂ ਮੰਨਦਾ ਸਰੀਰਕ ਮਸ਼ੀਨ ਹੈ ਇਹਨੂੰ ਡਿਸਟਰੋਏ ਕੀਤਾ ਜਾ ਸਕਦਾ ਜਿਹਦਾ ਭਗਤ ਸਿੰਘ ਕਹਿੰਦਾ ਵੀ ਵਿਚਾਰਾਂ ਨੂੰ ਕਤਲ ਨਹੀਂ ਕੀਤਾ ਜਾ ਸਕਦਾ ਜਿਹੜਾ ਸਾਡਾ ਸੌਫਟਵੇਅਰ ਪਿਆ ਬ੍ਰੇਨ ਦੇ ਵਿੱਚ ਉਹ ਸੌਫਟਵੇਅਰ 'ਚ ਸਾਰੀਆਂ ਗੱਲਾਂ ਪਈਆਂ ਉਹ ਸਾਡੇ ਬਹੁਤ ਸਾਰੇ ਟੀਮਾਂ ਕੋਲ ਅੱਗੇ ਟਰਾਂਸਫਰ ਹੈ ਤੇ ਜੇ ਸਤਨਾਮ ਦੀ ਮਸ਼ੀਨ ਨੂੰ ਖਤਮ ਕਰ ਦਿੱਤਾ ਤਾਂ ਬਹੁਤ ਸਾਰੇ ਡੁੱਗ ਬੋਲਣ ਵਾਲੇ ਤਿਆਰ ਬੈਠੇ ਆ। ਇੱਕ ਬੜੀ ਅਹਿਮ ਚੀਜ਼ ਹੈ ਇਸ ਤੋਂ ਬਾਅਦ ਅੱਗੇ ਕੀ ਹੈਗੀ ਤੁਹਾਨੂੰ ਕਾਰਵਾਈ ਕਿਸ ਤਰੀਕੇ ਨਾਲ ਤੁਸੀਂ ਮੰਗ ਕਰ ਰਹੇ ਹੋ ਜਾਂ ਕਿਸ ਤਰੀਕੇ ਨਾਲ ਤੁਹਾਡੀ ਟੀਮ ਕੰਮ ਕਰ ਰਹੀ ਹੈ ਹੁਣ ਅਗਲਾ ਪੱਖ ਕੀ ਹੈਗਾ ਹੈ ਦੇਖੋ ਸਾਡਾ ਕੰਮ ਸੀਗਾ ਐਕਸਪੋਜ਼ ਕਰਨਾ ਲੋਕਾਂ ਤੱਕ ਗੱਲ ਕੇ ਜਾਣੇ ਸਰਕਾਰ ਤੱਕ ਗੱਲ ਪਹੁੰਚਾਣੀ ਇਹ ਕਿਹਾ ਜਾਂਦਾ ਤੇ ਮੈਂ ਵੀ ਇਹ ਮੰਨਦਾ ਕਿ ਭਗਵਾਨਤਮਾਨ ਸਰਕਾਰ ਬਾਕੀ ਸਰਕਾਰਾਂ ਨਾਲੋਂ ਵਧੀਆ ਹੈ ਤੇ ਭਗਵਾਨਤਮਾਨ ਦੇ ਉੱਤੇ ਮੈਨੂੰ ਕੋਈ ਸ਼ੱਕ ਨਹੀਂ ਸਾਡੇ ਰੌਲਾ ਪਾਣ ਦੇ ਨਤੀਜੇ ਸਾਰਥਕ ਨਿਕਲਗੇ ਜਰੂਰ ਐਕਸ਼ਨ ਹੋਏਗਾ ਜੇ ਕੋਈ ਪੁਰਾਣੀ ਸਰਕਾਰ ਹੁੰਦੀ ਹੋ ਸਕਦਾ ਇਹ ਵੀ ਇਸ ਮਾਮਲੇ 'ਚ ਐਫਆਈਆਰ ਵੀ ਨਾ ਹੁੰਦੀ ਐਫਆਈਆਰ ਹੋਣਾ ਇੱਕ ਵੱਡੀ ਪ੍ਰਾਪਤੀ ਹੈ ਇਹ ਇਮਾਨਦਾਰ ਭਗਵੰਤ ਮਾਨ ਤੇ ਵਿਜੀਲੈਂਸ ਚੀਫ ਦੀ ਕਾਰਨ ਹੋਇਆ ਤੇ ਮੈਨੂੰ ਲੱਗਦਾ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਜਿਹੜਾ ਵੀੜਾ ਚੱਕਿਆ ਜੇ ਉਹ ਵੀੜਾ ਨਹੀਂ ਖਤਮ ਨਹੀਂ ਹੋ ਸਕਦਾ ਤਾਂ ਘੱਟ ਜਰੂਰ ਸਕਦਾ ਉਮੀਦ ਹੈ ਭਗਵੰਤ ਮਾਨ ਸਰਕਾਰ ਇਸ ਤੇ ਵਧੀਆ ਤਰੀਕਿਆਂ ਨਾਲ ਕੰਮ ਕਰੇਗੀ ਅਸੀਂ ਆਪਣੇ ਹਿੱਸੇ ਦਾ ਕੰਮ ਕਰ ਚੁੱਕੇ ਹਾਂ ਜੀ ਤਾਂ ਇਹ ਸਾਨੂੰ ਸਤਨਾਮ ਦਾਉਂ ਤੇ ਉਹਨਾਂ ਦੀ ਟੀਮ ਜਿਹੜੇ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਇਦਾਂ ਦੇ ਸਕੈਮ ਜਿਹੜੇ ਖਾਸ ਕਰਕੇ ਸਿੱਧੇ ਤੌਰ ਤੇ ਸੀ ਮੰਨ ਲੀਏ ਕਿ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਕਿਉਂਕਿ ਮੁਆਵਜ਼ਾ ਜਾਂਦਾ ਤਾਂ ਲੋਕਾਂ ਦੀ ਲੁੱਟ ਹੋ ਰਹੀ ਹੈ ਸਿੱਧੇ ਤੌਰ ਤੇ ਕਿਸ ਤਰੀਕੇ ਨਾਲ ਆਮ ਲੋਕਾਂ ਦੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਉਹਨਾਂ ਨੂੰ ਮੁਆਵਜ਼ੇ ਲਈ ਰੜਕਾਇਆ ਜਾਂਦਾ 2-2 ਲੱਖ ਮੁਆਵਜ਼ਾ ਨਹੀਂ ਮਿਲਦਾ ਤੇ ਪਰ ਜਿਨ੍ਹਾਂ ਦੀ ਅੰਡਰਸਟੈਂਡਿੰਗ ਹੁੰਦੀ ਹੈ ਉਹਨਾਂ ਨੂੰ 2-2 ਕਰੋੜ ਤੱਕ ਦਾ ਮੁਆਵਜ਼ਾ ਬੜੀ ਆਸਾਨੀ ਨਾਲ ਦੇ ਦਿੱਤਾ ਜਾਂਦਾ ਤੇ ਜਦੋਂ ਸਬੂਤ ਮੰਗੇ ਜਾਂਦੇ ਨੇ ਤਾਂ ਉਹਨਾਂ ਨੂੰ ਖੁਰਦ-ਬੁਰਦ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਤਾਂ ਆਈਐਸ ਕਲਾਸ ਦੇ ਕੁਝ ਅਧਿ ਆਮ ਆਦਮੀ ਪਾਰਟੀ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਗੇ ਫਿਲਹਾਲ ਸਮਾਂ ਦੱਸੇਗਾ ਕਿ ਆਖਰਕਾਰ ਜਿਹੜੇ ਮਾਮਲੇ ਦੇ ਵਿੱਚ ਇਹ ਦੋਸ਼ੀ ਹੈਗੇ ਨੇ ਲੋਕ ਕੀ ਉਹਨਾਂ ਨੂੰ ਸਜ਼ਾ ਮਿਲਦੀ ਹੈ ਜਾਂ ਫਿਰ ਇਹ ਮਾਮਲਾ ਵੀ ਕਿਸੇ ਨਾ ਕਿਸੇ ਠੰਡੇ ਬਸਤੇ ਦੇ ਵਿੱਚ ਪਾ ਕੇ ਅੰਡਰਸਟੈਂਡਿੰਗ ਕਰਕੇ ਖਤਮ ਕਰ ਦਿੱਤਾ ਜਾਂਦਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੀਆਂ ਟਿੱਪਣੀਆਂ ਜਰੂਰ ਸਾਂਝੀਆਂ ਕਰੋ ਫਿਲਹਾਲ ਤੜਤੋ ਅਗਰ ਨਹੀਂ ਸਹਿਜੂਗੀ ਹਰਜਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ ਨਿਊਜ਼ ਓਨਲੀ ਮੋਹਾਲੀ